ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲਜੀਤ ਕੌਰ ਅਕਾਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਦਰਸ਼ਕੋ ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਕਿਸਾਨੀ ਸੰਘਰਸ਼ ਦੇ ਵਿੱਚ ਹਰ ਕੋਈ ਭਰਵਾਂ ਹੁੰਗਾਰਾ ਦੇ ਰਿਹਾ ਹੈ ਤੇ ਕਿਸਾਨਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਹਰ ਆਮ ਅਤੇ ਖਾਸ ਇਸ ਸ਼ਾਂਤਮਈ ਢੰਗ ਦੇ ਨਾਲ ਕੀਤੇ ਜਾ ਰਹੇ ਅੰਦੋਲਨ ਦੀ ਸ਼ਲਾਘਾ ਕਰ ਰਿਹਾ ਹੈ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ 100 ਦਿਨ ਹੋ ਚੁੱਕੇ ਨੇ ਦੱਸਦੀਏ ਕਿ ਕਿਸਾਨ 100 ਦਿਨ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਅਜਿਹੇ ਵਿੱਚ KMP ਹਾਈਵੇ ਵੀ ਜਾਮ ਕੀਤਾ ਗਿਆ ਇਸ ਤੋਂ ਪਹਿਲਾਂ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਦਿੱਲੀ ਪੁਲਿਸ ਵੱਲੋਂ ਜਿਨ੍ਹਾਂ ਕਿਸਾਨਾਂ ਨੂੰ ਜਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਰਿਹਾਈ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਇਹਨਾਂ ਨੌਜਵਾਨਾਂ ਨੂੰ ਲਗਾਤਾਰ ਜ਼ਮਾਨਤਾਂ ਤੇ ਰਿਹਾਅ ਕਰਵਾਇਆ ਜਾ ਰਿਹਾ ਹੈ ਇਹ ਉਹ ਨੌਜਵਾਨ ਸਨ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ 26 ਜਨਵਰੀ ਵਾਲੇ ਦਿਨ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਕੱਢੀ ਗਈ ਸੀ ਕਿਸਾਨਾਂ ਵੱਲੋਂ ਕੱਢੀ ਗਈ ਇਸ ਟਰੈਕਟਰ ਪਰੇਡ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਦਾਖਲ ਹੋ ਗਏ ਤੇ ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਜਾ ਕੇ ਹਿੰਸਾ ਕੀਤੀ ਹੈ ਜਦਕਿ ਕਿਸਾਨਾਂ ਵੱਲੋਂ ਦਿੱਲੀ ਦੇ ਲਾਲ ਕਿਲੇ ਤੇ ਜਾ ਕੇ ਕੇਸਰੀ ਨਿਸ਼ਾਨ ਸਾਹਿਬ ਚੁਲਾਏ ਗਏ ਸਨ ਇਸ ਦੇ ਨਾਲ ਹੀ ਉਹਨਾਂ ਵੱਲੋਂ ਦੇਸ਼ ਦਾ ਤਿਰੰਗਾ ਵੀ ਲਗਾਇਆ ਗਿਆ ਸੀ ਦੇਸ਼ ਦੇ ਤਿਰੰਗੇ ਨੂੰ ਹਟਾਇਆ ਨਹੀਂ ਗਿਆ ਸੀ ਤੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਵੀ ਚੁਲਾਏ ਗਏ ਸੀ ਜੈਕਾਰਿਆਂ ਦੀ ਗੂੰਜ ਦੇ ਵਿੱਚ ਵੱਡਾ ਇਕੱਠ ਸੀ ਤੇ ਅਜਿਹੇ ਵਿੱਚ ਦਿੱਲੀ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੇ ਲਈ ਗੋਲੀ ਵੀ ਚਲਾਈ ਗਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਇਸ ਟਰੈਕਟਰ ਪਰੇਡ ਦੌਰਾਨ ਵੱਡੀ ਘਟਨਾ ਵਾਪਰੀ ਬਹੁਤ ਸਾਰੀਆਂ ਥਾਵਾਂ ਤੇ ਤੋੜ ਭੰਨ ਦੀਆਂ ਘਟਨਾਵਾਂ ਵੀ ਵਾਪਰੀਆਂ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਤਾਂ ਜੋ ਇਹਨਾਂ ਨੂੰ ਰੋਕਿਆ ਜਾ ਸਕੇ ਪਰ ਕਿਸਾਨਾਂ ਨੇ ਪਹਿਲਾਂ ਹੀ ਇਹ ਕਾਲ ਦਿੱਤੀ ਸੀ ਜਦੋਂ ਟਰੈਕਟਰ ਪਰੇਡ ਦੀ ਗੱਲ ਕੀਤੀ ਸੀ ਟਰੈਕਟਰ ਪਰੇਡ ਦੇ ਲਈ ਕਾਲ ਦਿੱਤੀ ਗਈ ਸੀ ਤਾਂ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸ਼ਾਂਤਮਈ ਢੰਗ ਦੇ ਨਾਲ ਹੀ ਇਹ ਟਰੈਕਟਰ ਪਰੇਡ ਹੋਵੇਗੀ ਇਸ ਅੰਦੋਲਨ ਨੂੰ ਢਾਹ ਨਹੀਂ ਲੱਗਣ ਦੇਣੀ ਅਤੇ ਉਹਨਾਂ ਵੱਲੋਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਇਸ ਟਰੈਕਟਰ ਪਰੇਡ ਨੂੰ ਸ਼ਾਂਤਮਈ ਢੰਗ ਦੇ ਨਾਲ ਕੀਤਾ ਜਾਵੇ ਅਤੇ ਹੁੱਲੜਬਾਜ਼ੀ ਨਾ ਕੀਤੀ ਜਾਵੇ ਪਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਜੋ ਵੀ ਵਾਪਰਿਆ ਉਹ ਕਿਸਾਨਾਂ ਵੱਲੋਂ ਤੇ ਨੌਜਵਾਨਾਂ ਵੱਲੋਂ ਜੋ ਕੋਈ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਨੌਜਵਾਨ ਸੀ ਉਹਨਾਂ ਵੱਲੋਂ ਹਿੰਸਾ ਕੀਤੀ ਗਈ ਹੈ ਜਿਸ ਦੇ ਚੱਲਦੇ ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਨੌਜਵਾਨਾਂ ਦੀ ਰਿਹਾਈ ਦਾ ਜ਼ਮਾਨਤਾਂ ਤੇ ਰਿਹਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਇਹਨਾਂ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੇ ਲਈ ਯਤਨਸ਼ੀਲ ਹੈ ਇਸ ਦੇ ਚੱਲਦੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਜਿੱਥੇ ਨੌਦੀਪ ਕੌਰ ਸ਼ਿਵ ਕੁਮਾਰ ਸਮੇਤ ਹੋਰ ਕਈ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰਿਹਾਅ ਕਰਵਾਇਆ ਗਿਆ ਮੋਗਾ ਦੇ ਵਿੱਚ ਵੀ ਪਿੰਡ ਤਤਾਰੀਓਵਾਲਾ ਦੇ 11 ਨੌਜਵਾਨਾਂ ਨੂੰ ਪੈਰੋਲ ਤੇ ਰਿਹਾਅ ਕਰਵਾਇਆ ਗਿਆ ਦੱਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇਹਨਾਂ ਨੌਜਵਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਮੌਜੂਦ ਰਹੇ ਨੌਜਵਾਨਾਂ ਦਾ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸਰੋਪੇ ਪਾ ਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਹਨਾਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਗਈ ਇਹਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ ਦੱਸ ਦਈਏ ਕਿ ਇਹ ਨੌਜਵਾਨਾਂ ਦੇ ਬੁਲੰਦ ਹੌਸਲੇ ਦੇਖ ਕੇ ਹਰ ਇੱਕ ਨੂੰ ਇੱਕ ਸਿੱਖਿਆ ਮਿਲੀ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਦਿੱਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਉਹ ਕਿਸਾਨੀ ਸੰਘਰਸ਼ ਦੇ ਨਾਲ ਹਮੇਸ਼ਾ ਖੜੇ ਹਨ ਹਮੇਸ਼ਾ ਕਿਸਾਨਾਂ ਦੇ ਨਾਲ ਹਨ ਅਤੇ ਇਸ ਅੰਦੋਲਨ ਦੇ ਵਿੱਚ ਹੀ ਰਹਿਣਗੇ ਦੱਸ ਦਈਏ ਕਿ ਲਗਾਤਾਰ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ ਅਜਿਹੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ 200 ਤੋਂ ਵੱਧ ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਮੋਗਾ ਦੇ ਵਿੱਚ ਜ਼ਮਾਨਤ ਤੇ ਰਿਹਾਅ ਹੋ ਕੇ ਆਏ 11 ਨੌਜਵਾਨਾਂ ਦਾ ਜਦੋਂ ਪਿੰਡ ਦੇ ਵਿੱਚ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ਤਾਂ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਤੇ ਵੀ ਇੱਕ ਖੁਸ਼ੀ ਦੇਖਣ ਨੂੰ ਮਿਲੀ ਦੱਸ ਦਈਏ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਕੇ ਧੰਨਵਾਦ ਜ਼ਾਹਿਰ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਨਜ਼ਰ ਪਾ ਲੈਂਦੇ ਹਾਂ ਇਸ ਤੇ
ਕੀ ਕਿਹਾ ਪਰਿਵਾਰਕ ਮੈਂਬਰਾਂ ਨੇ। ਹਾਂਜੀ ਕਿੰਨੇ ਤੱਕ ਫੜਿਆ ਗਿਆ ਸੀ ਉੱਥੇ? ਹੋ ਗਿਆ ਜੀ ਘੱਟੋ ਘੱਟ ਵੀ ਸਵਾ ਮਹੀਨਾ ਹੋ ਗਿਆ। ਤੁਸੀਂ ਛੁੱਟੀ ਜਿੱਦਾਂ ਕਿ ਆਏ ਹੋ ਸਾਡੇ ਦੇਸ਼ ਦਾ ਨਾਮ ਜੈ ਜਵਾਨ ਜੈ ਕਿਸਾਨ, ਤੁਸੀਂ ਸਾਥ ਦੇ ਬੈਠੇ ਹੋ, ਹਾਂਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ, ਦੇਸ਼ ਦੁਨੀਆ ਪਰਚਾ ਪਾਇਆ, ਕਿਵੇਂ ਦੇਖਦੇ ਦੇਸ਼ ਇਸ? ਇਹ ਤਾਂ ਜੀ ਫਿਰ ਜਦੋਂ ਇਹੋ ਜਿਹੇ ਕੰਮਾਂ 'ਚ ਚੱਲ ਗਏ ਤਾਂ ਫਿਰ ਇਹੋ ਜਿਹਾ ਕੁਝ ਤਾਂ ਹੁੰਦਾ ਹੀ ਹੁੰਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਦੀਪ ਸਿੰਘ। ਜਗਦੀਪ ਸਿੰਘ ਜੀ ਤੁਹਾਨੂੰ ਅੱਜ ਰਿਹਾ ਹੋ ਕੇ ਆਏ ਹੋ ਮੋਗੇ ਦੇ ਵਿੱਚ, ਕਿਵੇਂ ਲੱਗ ਰਿਹਾ ਜੀ? ਬਹੁਤ ਵਧੀਆ ਜੀ, ਬਹੁਤ ਖੁਸ਼ੀ ਹੋ ਰਹੀ ਹੈ ਜੀ, ਆਪਦੇ ਪਰਿਵਾਰ 'ਚ ਆਏ ਹਾਂ, ਆਪਦੇ ਭੈਣ ਭਰਾਵਾਂ 'ਚ ਆਏ ਹਾਂ, ਬਹੁਤ ਵਧੀਆ ਲੱਗ ਰਿਹਾ ਜੀ। 26 ਜਨਵਰੀ ਨੂੰ ਤੁਹਾਨੂੰ ਫੜਿਆ ਸੀ, ਕਿੱਥੋਂ ਫੜਿਆ ਸੀ ਤੁਹਾਨੂੰ? ਸਾਨੂੰ ਜੀ ਪੀੜਾ ਗਾੜੀ ਤੋਂ ਫੜਿਆ ਸੀ, 26 ਜਨਵਰੀ ਨੂੰ ਪਰੇਡ ਤੋਂ ਹੀ ਥੋੜ੍ਹੇ ਪਾਸੇ ਸੀ ਨਾਲ ਹੀ, ਪੀੜਾ ਗਾੜੀ ਤੋਂ ਫੜਿਆ ਜੀ ਉਹਨੂੰ। ਪਰੇਡ ਤੋਂ ਕਿਵੇਂ ਪਾਸੇ ਕਿਵੇਂ ਹੋ ਗਏ ਸੀਗੇ ਜੀ? ਕਿਉਂਕਿ ਜਿਹੜੇ ਦੋ ਦੋ ਰਸ਼ ਵਾਲਾ ਸੀਗਾ, ਜਿਹੜੇ ਟਿਕਟ ਪਿੱਛੇ ਰਹਿ ਜਾਂਦਾ ਜੀ ਉਹਨੂੰ ਫੜ ਲੈਂਦੇ ਸੀ। ਅਤੇ ਕਿੱਥੇ ਰੱਖਿਆ ਜੀ ਤੁਹਾਨੂੰ? ਸਾਨੂੰ ਜੀ ਰੋਜ਼ਖਾਨੇ ਤੋਂ ਪਰਚੇ ਕੱਢ ਕੇ ਦਿੱਤੇ। ਕਿੰਨੇ ਦਿਨ ਰੱਖਿਆ? 36 ਦਿਨ ਰੱਖਿਆ ਜੀ। ਕੋਈ ਟੋਰਚਰ ਵਗੈਰਾ ਮਾਰਿਆ? ਨਹੀਂ ਜੀ ਨਹੀਂ, ਕੋਈ ਟੋਰਚਰ ਨਹੀਂ। 5 ਦਿਨ ਖੜ ਜਾਣਗੇ? ਹਾਂਜੀ ਖਾਣਾ ਵਾਲਾ ਠੀਕ ਮਿਲਦਾ ਸੀਗਾ, ਬਸ ਦੋ ਖੜ ਜਾਣਗੇ, ਕੋਈ ਬਹੁਤ ਵਧੀਆ ਸੀਗੇ, ਬਹੁਤ ਸਹਿਯੋਗ ਦਿੰਦੇ ਸੀਗੇ ਕਿਸਾਨਾਂ ਨੂੰ, ਆਡੇ 'ਚ ਰੱਖਿਆ ਜੀ ਅਸੀਂ ਜਿਹੜੇ। ਕੁਛ ਕਿਹਾ ਵੀ ਗਿਆ ਉਹਨਾਂ ਵੱਲੋਂ ਤੁਹਾਡੇ ਕੀ? ਨਹੀਂ ਨਹੀਂ ਉਹਨਾਂ ਨੇ ਸਾਨੂੰ ਕੁਛ ਨਹੀਂ ਕਿਹਾ ਗਾ। ਪੁਲਿਸ ਦਾ ਰਵੱਈਆ ਕਿਵੇਂ ਸੀ ਤੁਹਾਡੇ ਨਾਲ? ਪੁਲਿਸ ਦਾ ਕੁਛ ਬੰਦੇ ਸੀਗੇ ਮਾੜੇ ਮੋਟੇ, ਜਿਹੜਾ 1-2 ਜਾਂ ਹੋ ਹੀ ਜਾਂਦੇ ਆ, ਬਾਕੀ ਵਧੀਆ ਸੀ। ਅਸੀਂ 11 ਨੌਜਵਾਨ ਰਿਹਾ ਹੋਇਆਂ ਤੋਂ ਅਸੀਂ ਅੱਜ ਖੁਸ਼ੀ ਮਹਿਸੂਸ ਕਰਦੇ ਹਾਂ, ਕਿਉਂਕਿ ਸਾਰੇ ਮੋਗੇ ਦੇ ਜਾਂ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਭਲੀ ਭਾਂਤ ਕਰ ਚੁੱਕੀ ਹੈ ਵੀ ਇਹ ਬੱਚਿਆਂ ਦਾ ਕੋਈ ਗਨਾਹ ਨਹੀਂ ਸੀਗਾ, ਜਿਨ੍ਹਾਂ ਨੂੰ ਕਿ ਫੜ ਕੇ 26 ਨੂੰ ਇਹਨਾਂ ਨੂੰ ਪਹਿਲਾਂ ਬਿਠਾਈ ਰੱਖਿਆ, ਫਿਰ ਫੜ ਕੇ ਅਤੇ ਇਹਨਾਂ ਨੂੰ ਵੱਖ ਵੱਖ ਥਾਣੇ ਘੁਮਾ ਕੇ ਵੱਖ ਵੱਖ ਧਾਰਾਂ ਦੇ ਲਾ ਦੇਣ ਦਾ ਕੋਈ ਦੋਸ਼ ਨਹੀਂ ਸੀਗਾ। ਸਰਕਾਰ ਦੀ ਇੱਥੋਂ ਗਲਤ ਨੀਤੀ ਦਾ ਪਤਾ ਲੱਗਦਾ ਕਿ ਕਿਸ ਢੰਗ ਨਾਲ ਸਾਡੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਜਿਹੜੇ ਸਾਡੇ ਬੱਚੇ ਉੱਥੇ ਗਏ ਸੀ, ਔਰ ਇਹਨਾਂ ਦੀ ਕੋਈ ਵੀ ਐਸੀ ਕਾਰਵਾਈ ਨਹੀਂ ਸੀ ਜਿਹੜੀ ਕਿ ਕੋਈ ਧਾਰਾ ਦੇ ਅਧੀਨ ਆਉਂਦੀ ਜਾਂ ਨਿੰਦਣ ਕਰਦੀ ਹੈ। ਜਿਹੜਾ 26 ਦਾ ਇਹਨਾਂ ਨੇ ਕਰਵਾਇਆ ਸੀ ਲਾਲ ਕਿਲੇ ਵਾਲਾ, ਉਹ ਆਪ ਬੀਜੇਪੀ ਨੇ ਖੁਦ ਉਹ ਪਲੈਂਡ ਪ੍ਰੋਗਰਾਮ ਸੀ, ਹਾਲਾਂਕਿ ਬੱਚਿਆਂ ਦਾ ਉਹਨਾਂ ਨਾਲ ਦੂਰ ਦਾ ਰਾਬਤਾ ਨਹੀਂ ਗਾ, ਇਹ ਜਾਣ ਬੁੱਝ ਕੇ ਬੱਚਿਆਂ ਨੂੰ ਨਾ ਇਹਨਾਂ ਨੇ ਮਤਲਬ ਕਾਬੂ ਕਰਕੇ ਇਹਨਾਂ 'ਤੇ ਜਿਹੜੀਆਂ ਸੰਗੀਨ ਧਾਰਾਂ ਲਾਈਆਂ ਇਹ ਇਹਨਾਂ 'ਚ ਅੰਦਰ ਰਹਿ ਕੇ ਆਏ। ਅਸੀਂ ਲਗਾਤਾਰ ਸੰਯੁਕਤ ਮੋਰਚੇ ਵੱਲੋਂ ਜਿਹੜੇ ਸਾਡੇ ਵਕੀਲ ਆ ਉੱਥੇ ਨਾਲ, ਸਾਡੇ ਫੂਲਕਾ ਸਾਹਿਬ ਮੇਰੀ ਰੋਜ਼ ਗੱਲ ਹੁੰਦੀ ਸੀ, ਇਹਨਾਂ ਦੇ ਵੀ ਪਿੰਡ ਦੇ ਬੰਦਿਆਂ ਨਾਲ ਵੀ ਗੱਲ ਹੁੰਦੀ ਰਹੀ ਆ, ਇਹਨਾਂ ਦੇ ਨਾਲ ਸਾਰੀਆਂ ਸੂਚਨਾਵਾਂ ਆਦਾਨ ਪ੍ਰਦਾਨ ਕਰਦੇ ਰਹੇ ਹਾਂ। ਅਸਲ ਉਸੇ ਦੀਆਂ ਮਤਲਬ ਅੱਜ ਜਿਹੜੀਆਂ ਹੈਗੀਆਂ ਜਿਹੜੀਆਂ ਸਾਡੀਆਂ ਕਾਮਯਾਬੀ ਆ ਕਿ ਸਾਡੇ ਬੱਚਿਆਂ ਦੀ ਜ਼ਮਾਨਤ ਹੋ ਗਈ ਅੱਜ ਘਰ ਆਏ ਮੋਗੇ 'ਚ ਆਉਣ 'ਤੇ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ। ਮੈਂ ਇੱਥੋਂ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਸਾਰੇ ਵਰਗਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਉਣ 'ਤੇ ਉਹਨਾਂ ਨੂੰ ਖੁਸ਼ਮਦੀਦ ਆਖਿਆ ਹੈ। 11 ਦੇ 11 ਨੌਜਵਾਨਾਂ 'ਚੋਂ ਹਲੇ ਵੀ ਜੋਰ ਛੱਗਿਆ, ਉਹਨਾਂ ਦਾ ਕਹਿਣਾ ਕਿ ਜੇ ਦੁਬਾਰਾ ਸੰਘਰਸ਼ ਜਾਣਾ ਪੈ ਜਾਵੇ। ਬਿਲਕੁਲ ਬਿਲਕੁਲ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਇਹ ਤੁਹਾਨੂੰ ਭਲੀ ਭਾਂਤ ਪਤਾ ਹੋਣਾ ਚਾਹੀਦਾ ਕਿ ਸਾਡੇ ਖੂਨ ਵਿੱਚ ਹੈ, ਬੇਸ਼ੱਕ ਸਾਨੂੰ ਕਿੰਨਾ ਵੀ ਕੋਈ ਦਬਾਵੇ, ਇਹ ਕੌਮ ਜਾਂ ਇਹ ਲੋਕ ਹੈ, ਇਹ ਦਬਦੇ ਨਹੀਂ ਗੇ। ਇਹ ਪਿਆਰ ਨਾਲ ਤਾਂ ਕੋਈ ਗੱਲ ਸੁਣੀ ਜਾ ਸਕਦੀ ਹੈ, ਜੇ ਕੋਈ ਸਾਡੇ ਬੱਚਿਆਂ ਨੂੰ ਜਾਂ ਸਾਡੇ ਪੁਰਖਿਆਂ ਨੂੰ ਬੰਦ ਕਰਕੇ ਆਖੇ ਕਿ ਅੰਦੋਲਨ ਵਾਪਸ ਲੈ ਲਓ, ਇਹ ਅੰਦੋਲਨ ਵਾਪਸ ਨਹੀਂ ਹੋਊਗਾ, ਅੰਦੋਲਨ ਦਿਨ ਰਾਤ ਦੁੱਗਣੀ ਚੌਗਣੀ ਤਰੱਕੀ ਕਰੂਗਾ। ਔਰ ਲੋਕਾਂ ਦਾ ਉਤਸ਼ਾਹ ਜਿਹੜਾ ਉਹ ਇੰਨਾ ਭਾਰੀ ਆ ਕਿ ਇਹ ਅੰਦੋਲਨ ਇੱਕ ਖਾਸ ਮੁਕਾਮ 'ਤੇ ਪਹੁੰਚ ਗਿਆ। ਇੱਕ ਅੰਦੋਲਨ ਕਿਸਾਨ ਅੰਦੋਲਨ ਨਹੀਂ, ਇਹ ਜਨ ਅੰਦੋਲਨ ਹੈ ਔਰ ਇੰਟਰਨੈਸ਼ਨਲ ਅੰਦੋਲਨ ਬਣ ਗਿਆ। ਅੱਜ ਕੀ ਕਹੋਗੇ ਤੁਸੀਂ ਜੀ? ਅਸੀਂ ਇਹੀ ਕਹਾਂਗੇ ਜੀ, ਅਸੀਂ ਇਹਨਾਂ ਜਿਹੜੇ ਵੀ ਰਿਹਾ ਕਿ ਉਹ ਕੈਦੀ ਆਏ ਹੈ, ਸਾਡੇ ਇਹ ਕੁਰਬਾਨੀ 'ਤੇ ਪਹੁੰਚਿਆ, ਇਹਨਾਂ ਤੋਂ ਅਸੀਂ ਬਹੁਤ ਕੁਛ ਸਿੱਖਣਾ, ਕਿਉਂਕਿ ਇਹ ਸਾਡੇ ਕੁਰਬਾਨੀ ਦੀ ਨਿਸ਼ਾਨੀ ਹੈ ਇੱਕ, ਔਰ ਜਜ਼ਬਾ ਸਾਡੇ ਦੇ ਵਿੱਚ ਪੈਦਾ ਹੋਇਆ ਔਰ ਅਸੀਂ ਇਹਨਾਂ ਦਾ ਸਵਾਗਤ ਕਰਦੇ ਇੱਥੇ ਆਉਣ 'ਤੇ। ਹਾਂਜੀ ਹਾਂਜੀ, ਅੱਜ ਵੀ ਓਨਾ ਹੀ ਜੋਸ਼ ਹੈ ਔਰ ਜਿਹੜੀ ਇਹ ਲੜਾਈ ਹੈ ਅਸੀਂ ਜਿੱਤ ਕੇ ਇਸ ਜੋਸ਼ ਦੇ ਨਾਲ ਅਸੀਂ ਵਾਪਸ ਆਵਾਂਗੇ। ਸੋ ਤੁਸੀਂ ਸੁਣਿਆ ਕਿ ਪਰਿਵਾਰਕ ਮੈਂਬਰਾਂ ਅਤੇ ਇਹਨਾਂ ਨੌਜਵਾਨਾਂ ਦੇ ਵਿੱਚ ਕਿਸ ਤਰ੍ਹਾਂ ਖੁਸ਼ੀ ਪਾਈ ਜਾ ਰਹੀ ਹੈ। ਜੇਕਰ ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਇਹਨਾਂ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਮੋਗਾ ਦੇ 11 ਨੌਜਵਾਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚੋਂ ਰਿਹਾਈ ਮਿਲੀ ਹੈ। ਦੱਸ ਦਈਏ ਕਿ ਇਹਨਾਂ ਨੌਜਵਾਨਾਂ ਵੱਲੋਂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਉਹ ਲੋਕ ਜੋ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ ਜਾਂ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਯੋਗਦਾਨ ਦੇ ਰਹੇ ਨੇ ਜਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਸਰਕਾਰ ਵੱਲੋਂ ਕਿਤੇ ਨਾ ਕਿਤੇ ਇਹਨਾਂ ਨੌਜਵਾਨਾਂ 'ਤੇ ਜਾਂ ਫਿਰ ਉਹਨਾਂ ਲੋਕਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਪਸੀ ਪੰਨੂ ਦੀ ਗੱਲ ਕਰੀਏ ਤਾਂ ਲਗਾਤਾਰ ਤਾਪਸੀ ਕਿਸਾਨੀ ਸੰਘਰਸ਼ ਦੇ ਵਿੱਚ ਜੁੜੇ ਹੋਏ ਸਨ, ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਇਨਕਮ ਟੈਕਸ ਵਿਭਾਗ ਵੱਲੋਂ ਉਹਨਾਂ 'ਤੇ ਰੇਡ ਕੀਤੀ ਜਾ ਰਹੀ ਹੈ, ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜਾਂ ਵੱਖਰੇ ਵੱਖਰੇ ਢੰਗ ਦੇ ਨਾਲ ਪੁਲਿਸ ਵੱਲੋਂ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਕ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਤਾਪਸੀ ਪੰਨੂ ਇਸ ਅੰਦੋਲਨ ਦੇ ਵਿੱਚੋਂ ਹਟ ਜਾਵੇ।
ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਿੰਨੇ ਵੀ ਲੋਕਾਂ ਨੇ ਜਿੰਨੇ ਵੀ ਨਾਮਵਰ ਲੋਕਾਂ ਨੇ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਾਂ ਫਿਰ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਗੱਲ ਕੀਤੀ ਜਾਵੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੀ ਵੀ ਉਹਨਾਂ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਦੀਪ ਸਿੱਧੂ ਦੇ ਨਾਲ ਨਾਲ ਹੋਰ ਬਹੁਤ ਸਾਰੇ ਅਜਿਹੇ ਲੋਕ ਜੋ ਕਿ ਵੱਖਰੇ ਢੰਗ ਦੇ ਨਾਲ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਸਨ। ਹਾਲਾਂਕਿ ਕਿਸਾਨ ਆਗੂਆਂ ਵੱਲੋਂ ਉਹਨਾਂ ਨੂੰ ਬਹੁਤਾ ਚੰਗਾ ਰਿਸਪੌਂਸ ਨਹੀਂ ਮਿਲ ਰਿਹਾ ਸੀ ਪਰ ਨੌਜਵਾਨੀ ਨੂੰ ਜੋੜਨ ਵਾਲੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਹੀ ਸਨ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਇਸ ਮੋਰਚੇ ਦੇ ਵਿੱਚ ਸ਼ਾਮਿਲ ਕੀਤਾ। ਵਾਰ ਵਾਰ ਇਹੀ ਸਵਾਲ ਉਠਾਏ ਜਾ ਰਹੇ ਹਨ ਕਿ ਦੀਪ ਸਿੱਧੂ ਕੀ ਸੱਚਮੁੱਚ ਕਿਸਾਨਾਂ ਦੇ ਨਾਲ ਹਨ, ਕੀ ਲੱਖਾ ਸਿਧਾਣਾ ਸੱਚਮੁੱਚ ਕਿਸਾਨਾਂ ਦੇ ਨਾਲ ਹਨ, ਤੇ ਵੀ ਆਰੋਪ ਲੱਗ ਰਹੇ ਹਨ ਕਿ ਉਸ ਦਿਨ 26 ਜਨਵਰੀ ਵਾਲੇ ਦਿਨ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਦੀਪ ਸਿੱਧੂ ਨੇ ਭੜਕਾਇਆ ਸੀ ਤੇ ਦੀਪ ਸਿੱਧੂ ਵੱਲੋਂ ਹੀ ਇਹਨਾਂ ਨੌਜਵਾਨਾਂ ਨੂੰ ਲਾਲ ਕਿਲੇ ਦੇ ਵਿੱਚ ਲਿਜਾ ਕੇ ਉੱਥੇ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਸੀ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਲਗਾਤਾਰ ਦਿੱਲੀ ਪੁਲਿਸ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਲੱਭਣ ਦੇ ਵਿੱਚ ਗ੍ਰਿਫਤਾਰ ਕਰਨ ਦੇ ਵਿੱਚ ਸਰਗਰਮ ਦਿਖਾਈ ਦਿੱਤੀ। ਦੀਪ ਸਿੱਧੂ ਦੀ ਕੁਝ ਦਿਨ ਪਹਿਲਾਂ ਗ੍ਰਿਫਤਾਰੀ ਹੋਈ, ਉਹਨਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਦੀ ਗੱਲ ਕੀਤੀ ਜਾ ਰਹੀ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਦੀਪ ਸਿੱਧੂ ਦੇ ਜੋ ਤਾਰ ਨੇ ਵਿਦੇਸ਼ਾਂ ਦੇ ਵਿੱਚ ਵੀ ਜੁੜੇ ਹੋਏ ਨੇ। ਇਸ ਤੋਂ ਪਹਿਲਾਂ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਜਾਂ ਫਿਰ ਹੋਰ ਜੇਕਰ ਬਾਹਲੀਆਂ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇੱਕ ਕਿਸੇ ਵੀ ਸੰਗਠਨ ਦੇ ਨਾਲ ਜੋੜ ਦਿੱਤਾ ਜਾਂਦਾ ਸੀ। ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਨੇ। ਸੋ ਇਸੇ ਦੇ ਚੱਲਦੇ ਜੇਕਰ ਗੱਲ ਕਰੀਏ ਲੱਖਾ ਸਿਧਾਣਾ ਦੀ ਤਾਂ ਲੱਖਾ ਸਿਧਾਣਾ ਪੰਜਾਬ ਦਾ ਉਹ ਨਾਮ ਬਣ ਚੁੱਕਿਆ ਜਿਸਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਤੇ ਇਹਨਾਂ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਤੋਂ ਜਾਣੂ ਕਰਵਾਇਆ। ਕਿਸਾਨਾਂ ਦੀਆਂ ਮੰਗਾਂ, ਕਿਸਾਨਾਂ ਦੇ ਹੱਕਾਂ ਦੇ ਲਈ ਖੜ੍ਹੇ ਹੋਣ ਦਾ ਇੱਕ ਸੁਨੇਹਾ ਦਿੱਤਾ। ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਪੁਲਿਸ ਸਰਗਰਮ ਹੈ। ਲੱਖਾ ਸਿਧਾਣਾ ਦੇ ਸਿਰ 'ਤੇ ਵੀ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ। ਇਸ ਇਨਾਮ ਤੋਂ ਬਾਅਦ ਵੀ ਬਠਿੰਡਾ ਦੇ ਵਿੱਚ ਮਹਿਰਾਜ 'ਚ ਹੋਈ ਰੈਲੀ ਦੇ ਵਿੱਚ ਲੱਖਾ ਸਿਧਾਣਾ ਪਹੁੰਚੇ। ਹਾਲਾਂਕਿ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਲੱਖਾ ਸਿਧਾਣਾ ਇਸ ਰੈਲੀ ਦੇ ਵਿੱਚ ਨਹੀਂ ਪਹੁੰਚਣਗੇ। ਹੋ ਸਕਦਾ ਹੈ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਾਂ ਫਿਰ ਵੀਡੀਓ ਕਾਲ ਦੇ ਜ਼ਰੀਏ ਲੱਖਾ ਸਿਧਾਣਾ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰਨ, ਜਦਕਿ ਲੱਖਾ ਸਿਧਾਣਾ ਆਪ ਇਸ ਰੈਲੀ ਦੇ ਵਿੱਚ ਪਹੁੰਚੇ ਅਤੇ ਨੌਜਵਾਨਾਂ ਦਾ ਹੌਸਲਾ ਵਧਾਇਆ, ਉਹਨਾਂ ਨੂੰ ਹੱਲਾਸ਼ੇਰੀ ਦਿੱਤੀ। ਲੱਖਾ ਸਿਧਾਣਾ ਦੇ ਰੈਲੀ ਦੇ ਵਿੱਚ ਪਹੁੰਚਣ 'ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਹਰ ਕੋਈ ਕਾਹਲਾ ਸੀ ਕਿ ਲੱਖਾ ਸਿਧਾਣਾ ਨੂੰ ਕੋਲੋਂ ਦੇਖਿਆ ਜਾਵੇ। ਲੋਕਾਂ ਦੇ ਵਿੱਚ ਖੁਸ਼ੀ ਸਾਫ਼ ਦੇਖਣ ਨੂੰ ਮਿਲ ਰਹੀ ਸੀ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ ਕਿ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਜੋੜਨਾ, ਕਿਸਾਨੀ ਅੰਦੋਲਨ ਦੇ ਵਿੱਚ ਲੈ ਕੇ ਆਉਣਾ ਇੱਕ ਵੱਡੀ ਗੱਲ ਹੈ। ਕਿਉਂਕਿ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿ ਕੇ ਬਦਨਾਮ ਕਰਦੇ ਨੇ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੇ ਵਿੱਚ ਡੁੱਬੇ ਹੋਏ ਹਨ ਜਾਂ ਫਿਰ ਪੰਜਾਬ ਦੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਕੇ ਜਾਣ ਨੂੰ ਕਾਹਲੇ ਹਨ, ਉਹ ਖੇਤੀ ਦੇ ਵਿੱਚ ਦਿਲਚਸਪੀ ਨਹੀਂ ਲੈ ਰਹੇ। ਪਰ ਇਸ ਅੰਦੋਲਨ ਨੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਆਪਣੇ ਪਿਤਾ ਦੇ ਨਾਲ, ਆਪਣੇ ਬਾਬਿਆਂ ਦੇ ਨਾਲ ਬਿਠਾਇਆ। ਇਸ ਅੰਦੋਲਨ ਨੇ ਇੱਕ ਨਵਾਂ ਰੂਪ ਉਦੋਂ ਲਿਆ ਜਦੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਅੰਦੋਲਨ ਦੇ ਵਿੱਚ ਪਹੁੰਚੇ। ਇਹ ਉਹ ਦਿਨ ਸੀ ਜਦੋਂ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਕਿਸਾਨ ਦਿੱਲੀ ਤੱਕ ਨਾ ਪਹੁੰਚਣ। ਦਿੱਲੀ ਦੇ ਵਿੱਚ ਜੋ ਵੀ ਦਿੱਲੀ ਦੇ ਵਿੱਚੋਂ ਵਿੱਚ ਪਹੁੰਚਣ ਤੋਂ ਪਹਿਲਾਂ ਇਹਨਾਂ ਕਿਸਾਨਾਂ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਹਨਾਂ ਕੋਸ਼ਿਸ਼ਾਂ ਨੂੰ ਪਾਰ ਕਰਦੇ ਹੋਏ, ਸਾਰੀਆਂ ਹੱਦਾਂ ਨੂੰ ਟੱਪਦੇ ਹੋਏ ਇਹ ਨੌਜਵਾਨਾਂ ਨੇ ਉਹਨਾਂ ਕਿਸਾਨਾਂ ਦਾ ਸਾਥ ਦਿੱਤਾ ਤਾਂ ਹੀ ਅੱਜ ਕਿਸਾਨ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕੇ ਨੇ। ਕਿਉਂਕਿ ਬੈਰੀਕੇਟਿੰਗ ਇਸ ਤਰੀਕੇ ਦੇ ਨਾਲ ਕੀਤੀ ਗਈ ਸੀ ਕਿ ਉਹ ਬਜ਼ੁਰਗਾਂ ਦੇ ਲਈ ਪਾਰ ਕਰਨੀ ਔਖੀ ਹੋ ਜਾਂਦੀ। ਹਾਲਾਂਕਿ ਸਰਕਾਰ ਨੇ ਤਾਂ ਇਹ ਵੀ ਕਸਰ ਨਹੀਂ ਛੱਡੀ ਕਿ ਸੜਕਾਂ ਤੱਕ ਪੱਟ ਦਿੱਤੀਆਂ ਗਈਆਂ ਤਾਂ ਜੋ ਕਿਸਾਨ ਆਪਣੇ ਵਾਹਨਾਂ ਸਮੇਤ ਦਿੱਲੀ ਤੱਕ ਨਾ ਕੂਚ ਕਰ ਸਕਣ। ਪਰ ਇਹਨਾਂ ਨੌਜਵਾਨਾਂ ਦੀ ਬਦੌਲਤ ਹੀ ਇਹ ਅੰਦੋਲਨ ਅੱਜ ਇਸ ਸਮੇਂ ਇਸ ਜਗ੍ਹਾ 'ਤੇ ਪਹੁੰਚਿਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਕਿਸਾਨ ਦਿੱਲੀ ਦੇ ਵਿੱਚ ਇਕੱਠੇ ਹਨ। ਇੱਕ ਸਲਾਮ ਉਹਨਾਂ ਬਾਬਿਆਂ ਦੇ ਨਾਮ, ਉਹਨਾਂ ਬਜ਼ੁਰਗਾਂ ਦੇ ਨਾਮ ਜੋ ਕਿ ਇਸ ਸਮੇਂ ਆਰਾਮ ਕਰਨ ਵਾਲੀ ਉਮਰ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਵਿੱਚ ਡਟੇ ਹੋਏ ਨੇ।
ठंड का मौसम हंडाया ते हुण गर्मी ने दस्तक दे दित्ती है। कड़ाके की ठंड दे विच इन्हां बजुर्गां दे हौसले ना टुटे ते दिल्ली दीआं बरूहां ते इह खुले असमान हेठां डटे रहे। हुण गर्मी का मौसम आ गया, वड्डी गिणती दे विच लोक दिल्ली दीआं बरूहां दे विच डटे हुए ने। असीं उम्मीद करदे हां कि इस किसानी अंदोलन दे विच इन्हां नूं फतेह हासिल होवे। सो तुसी देखिया कि किस तरीके दे नाल इन्हां नौजवानों का स्वागत किया गया। मोगा दे विच 11 नौजवान पहुंचे ने। मोगा दे पिंड दे 11 नौजवानों नूं पैरोल ते दिल्ली दी तिहाड़ जेल तों रिहाई मिली है, जिस दे विच पिंड वासियां वलों उन्हां दा भरवां स्वागत किया गया। जेकर गल की जाए राजनीतिक पार्टियां दी, तां राजनीतिक पार्टियां भी किसानां दे नाम ते अपनियां सियासी रोटियां सेकण तों बाज नहीं आ रहियां, पर किसान शायद हुण समझ चुके ने कि उन्हां दे नाल असल दे विच कौन खड़ा है। सो असीं उम्मीद करदे हां कि जेलां दे विच बंद होर जिन्ने भी नौजवान ने जल्द तो जल्द उन्हां नूं भी रिहाई मिलेगी। सो अज दे इस प्रोग्राम दे विच इन्ने ही। मैनूं इजाजत दिओ, तुसीं देखदे रहो अकाल चैनल। सत श्री अकाल।